ਅੱਜ ਜਿਹੜਾ ਹਿੰਦੂਤਵ ਦਾ ਏਜੰਡਾ ਇਸ ਕੰਟਰੀ ਦੇ ਵਿੱਚ ਉਹ ਨੰਬਰ 1 ਚੈਲੰਜ ਹੈ ਦੇਸ਼ ਦੇ ਵਿੱਚ ਸਾਰਿਆਂ ਨੂੰ ਸਾਰੀਆਂ ਮਿਨੋਰਟੀਜ਼ ਨੂੰ ਸਮੇਤ ਸਿੱਖ ਸਮੇਤ ਮੁਸਲਮ ਸਮੇਤ ਇਸਾਈ ਸਮੇਤ ਜਿਹੜੇ ਮਰਜ਼ੀ ਨੇ ਪਰਸੋਂ ਨਰਿੰਦਰ ਮੋਦੀ ਬੋਲੇ ਨੇ ਜੋਧਪੁਰ ਦੇ ਵਿੱਚ ਕਿ ਮੈਂ ਤਾਂ ਨਰਮਦਾ ਦਾ ਪਾਣੀ ਦੇਤਾ ਜੀ ਇੱਕ ਸਕਿੰਟ 'ਚ ਤੇ ਕੁਝ ਸਟੇਟਾਂ ਟਕਰਾਅ ਪੈਦਾ ਕਰਨਾ ਚਾਹੁੰਦੀਆਂ ਨੇ ਕੁਝ ਸਟੇਟਾਂ ਇੱਕ ਵੀ ਬੂੰਦ ਨਹੀਂ ਦੇਣਾ ਚਾਹੁੰਦੀਆਂ ਮਤਲਬ ਦੇਸ਼ 'ਚ ਦੁਬਾਰਾ ਨੈਰੇਟਿਵ ਸਿਰਜਿਆ ਜਾ ਰਿਹਾ ਟਰੂਡੋ ਦਾ ਮਾਮਲਾ ਟਰੂਡੋ ਨੇ ਕਿਹਾ ਕਿ ਇੱਕ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਇਹਨੂੰ ਨਾਟੋ ਕੰਟਰੀਜ਼ ਲੈ ਰਹੇ ਨੇ ਆਪਣੇ ਆਪ ਐਜ ਏ ਸੋਵਰਨ ਕੰਟਰੀ ਉੱਤੇ ਹਮਲੇ ਦੇ ਤੌਰ ਤੇ ਸਾਡੀ ਸਰਕਾਰ ਨੇ ਕੀ ਕੀਤਾ ਉਹ ਕਹਿੰਦੇ ਕੈਨੇਡੀਅਨ ਵੀਜ਼ਾ ਬੰਦ ਕਰ ਦਿਓ ਅਸੀਂ ਨਹੀਂ ਦੇ ਸਕਦੇ ਕਿਉਂਕਿ ਸਾਡਾ ਤਾਂ ਉੱਥੇ ਸੁਰੱਖਿਆ ਨਹੀਂ ਹੈ ਜੀ ਕੋਈ ਧਿਰ ਕੋਈ ਪੋਲੀਟੀਕਲ ਧਿਰ ਕੋਈ ਸਮਾਜਿਕ ਧਿਰ ਕੋਈ ਇੱਥੇ ਹੋ ਹੱਲਾ ਕਿੱਥੇ ਹੈ ਲੋਕਾਂ ਦੀਆਂ ਡੈੱਡ ਬਾਡੀਆਂ ਪਈਆਂ ਨੇ ਟਿਕਟਾਂ ਲੈ ਚੁੱਕੇ ਨੇ ਲੋਕਾਂ ਦੇ ਵਿਆਹ ਧਰੇ ਧਰਾਏ ਕੈਂਸਲ ਹੋ ਰਹੇ ਨੇ ਸਭ ਕੁਝ ਹੋ ਰਿਹਾ ਅਸੀਂ ਨਰਿੰਦਰ ਮੋਦੀ ਦੀ ਅੱਖ ਚੱਕ ਪਾ ਕੇ ਕਹਿਣ ਲਈ ਤਿਆਰ ਨਹੀਂ ਹੈ ਕਿ ਫੈਸਲਾ ਕਿਵੇਂ ਲਿਆ ਨਰਮਦਾ ਦਾ ਕੀ ਹੈ ਇੱਕ ਨਹੀਂ ਬੋਲਿਆ ਮੈਂ ਤਾਂ ਕਿਸੇ ਟੀਵੀ ਚੈਨਲ ਤੇ ਬਹਿਸ ਨਹੀਂ ਦੇਖੀ ਕਿਸੇ ਅਖਬਾਰ 'ਚ ਨਹੀਂ ਸੁਣਿਆ ਪ੍ਰਾਈਮ ਮਿਨਿਸਟਰ ਦੇ ਚੈਲੰਜ ਕਰਦਾ 0.5 MF ਪਾਣੀ ਦਿੱਤਾ ਉਹ ਵੀ ਪੀਣ ਲਈ 282 ਪਿੰਡਾਂ ਨੂੰ ਔਰ ਜਾਲੀ ਤੱਥਾਂ ਦੇ ਆਧਾਰ ਤੇ ਦੇਸ਼ ਦਾ ਪ੍ਰਾਈਮ ਮਿਨਿਸਟਰ ਨੈਰੇਟਿਵ ਸਿਰਜਦੇ ਤੇ ਸਾਡਾ ਇੰਟਲੈਕਚੁਅਲ ਚੁੱਪ ਕਰਕੇ ਬੈਠੇ ਨਾ ਕੁਝ ਲਿਖੇ ਨਾ ਕੁਝ ਬੋਲੇ ਤੇ ਨਾ ਕੁਝ ਗੱਲ ਕਰੇ ਇਹ ਕਿਹੜੇ ਸਰੋਕਾਰ ਦੀ ਗੱਲ ਕਰਾਂਗੇ ਫਿਰ ਅਸੀਂ ਉੱਥੋਂ ਉਸ ਤੋਂ ਬਾਅਦ ਟਰੂਡੋ ਪਾਣੀ ਇਹ ਸਾਰਾ ਮਾਮਲਾ ਇੱਥੇ ਸਿਰਜਿਆ ਜਾ ਰਿਹਾ ਜੇ ਹੋਂਦ ਬਚੂਗੀ ਤਾਂ ਬਾਕੀ ਚੀਜ਼ਾਂ ਬਚਣਗੀਆਂ ਅੱਜ ਦੇ ਸਮਾਗਮ 'ਚ ਇਕੱਤਰ ਸਮੂਹ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੀ ਵਿਚਾਰ ਚਰਚਾ ਹੋ ਚੁੱਕੀ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਓਵਰਆਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਕੇ ਬਾਣੀ ਨਾਲ ਜੁੜ ਕੇ ਅਤੇ ਕਿਹੋ ਜਿਹਾ ਕੀ ਚੈਲੰਜ ਨੇ ਕੀ ਸਰੋਕਾਰ ਨੇ ਪੰਥਕ ਸਰੋਕਾਰ ਇਸ ਸਮੇਂ ਕੀ ਨੇ ਮੈਨੂੰ ਲੱਗਦਾ ਕਿ ਸਭ ਤੋਂ ਬੜਾ ਸਵਾਲ ਇਹ ਹੈ ਕਿ ਗੁਰਬਾਣੀ ਸਟਾਰਟ ਕਿੱਥੋਂ ਹੁੰਦੀ ਹੈ ਗੁਰਬਾਣੀ ਚਾਹੁੰਦੀ ਕੀ ਹੈ ਕਿ ਕਿਸ ਲੈਵਲ 'ਤੇ ਸਾਡਾ ਬੰਦਾ ਜਿਹੜਾ ਪੈਰੋਕਾਰ ਹੈ ਅਤੇ ਉਹ ਕੀ ਸੋਚੇ ਗੁਰਬਾਣੀ ਸਮੁੱਚੇ ਬ੍ਰਹਿਮੰਡ ਤੋਂ ਲੈ ਕੇ ਸਾਰੀਆਂ ਸਮੱਸਿਆਵਾਂ ਨੂੰ ਚਿਤਬਦੀ ਹੈ ਸਵਾਲ ਖੜ੍ਹੇ ਕਰਦੀ ਹੈ ਅਤੇ ਉਹਦਾ ਸਲੂਸ਼ਨ ਪੇਸ਼ ਕਰਨ ਦੀ ਟਰਾਈ ਕਰਦੇ ਆ ਹੱਲ ਆਏ ਉਹਦੇ 'ਚ ਸਾਰੇ ਮਾਮਲੇ 'ਚ ਕੁਦਰਤ ਦੀ ਕਾਇਨਾਤ ਦੇ ਵਿੱਚ ਪੂਰੇ ਸਮਾਜ ਦੇ ਵਿੱਚ ਸਮਾਜ ਤੋਂ ਫਿਰ ਉਹੋ ਜਿਹਾ ਮਨੁੱਖ ਸਿਰਜਦੀ ਹੈ ਜਿਹੜਾ ਲੋਕਲ ਲੈਵਲ 'ਤੇ UNO ਤਾਂ ਹੁਣ ਸਲੋਗਨ ਦਿੱਤਾ ਇੱਕ ਥਿੰਕ ਗਲੋਬਲੀ ਐਕਟ ਲੋਕਲੀ ਮੈਨੂੰ ਲੱਗਦਾ ਗਲੋਬ ਤੋਂ ਉੱਪਰ ਦੀ ਜਿਹੜੀ ਚਿਤ ਇੱਕ ਹੁੰਦੀ ਹੈ ਸੋਚ ਪ੍ਰਣਾਲੀ ਉਹ ਗੁਰਬਾਣੀ ਆਲਰੇਡੀ ਦਿੰਦੀ ਹੈ ਅੱਜ ਥਰੈਟ ਕੀ ਹੈ ਮਨੁੱਖਤਾ ਦੇ ਸਾਹਮਣੇ ਜਦੋਂ ਅਸੀਂ ਇਹ ਗੱਲ ਕਰਦੇ ਮਨੁੱਖਤਾ ਇਨਸਾਨੀਅਤ ਹੈ ਉਹਦੇ ਨਾਲ ਜੋੜ ਕੇ ਕੋਈ ਨਾ ਕੋਈ ਆਪਣੀ ਗੱਲ ਕਹਿਣੀ ਹੈ ਆਪਣਾ ਕੋਈ ਨਜ਼ਰੀਆ ਦੇਣਾ ਮਨੁੱਖਤਾ ਤਾਂ ਓਵਰਆਲ ਹੋਣ ਦੀ ਲੜਾਈ ਲੜ ਰਹੀ ਹੈ ਕਲਾਈਮੇਟ ਚੇਂਜ ਦੇ ਐਂਗਲ ਤੋਂ ਵੀ ਔਰ ਦੂਸਰੇ ਪੱਖ ਦੇ ਬੇਰੁਜ਼ਗਾਰੀ ਦੇ ਐਂਗਲ ਤੋਂ ਵੀ ਜੇਕਰ ਹੋਣ ਦਾ ਸੰਕਟ ਹੈ ਤਾਂ ਇਹਦਾ ਮਤਲਬ ਡਿਵੈਲਪਮੈਂਟ ਦਾ ਟੋਟਲ ਪੈਰਾਡਾਈਮ ਜਿਹੜਾ ਸਿਰਜਿਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਉਹਨੂੰ ਚੈਲੰਜ ਕਰਨ ਵਾਲੀ ਜੇਕਰ ਕੋਈ ਫਿਲਾਸਫੀ ਹੈ ਤਾਂ ਗੁਰਬਾਣੀ ਦੀ ਫਿਲਾਸਫੀ ਹੈ ਜਿਹੜੀ ਹਰ ਹੀਲੇ ਕੇਵਲ ਅਤੇ ਕੇਵਲ ਪ੍ਰੋਫਿਟ ਮੈਕਸੀਮਾਈਜੇਸ਼ਨ 'ਤੇ ਖੜ੍ਹਾ ਹੈ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ ਉਸੇ ਸਭ ਤੋਂ ਵੱਧ ਮੁਨਾਫਾ ਕਮਾ ਕੇ ਮਨੁੱਖ ਨੂੰ ਪਸ਼ੂ ਪ੍ਰਵਿਰਤੀ ਦਾ ਧਾਰਨੀ ਬਣਾਉਣ ਦੀ ਜਿਹੜੀ ਇੱਕ ਰੀਤ ਚੱਲੀ ਹੈ ਇਸ ਸਾਰੇ ਸਮਾਜ ਦੇ ਵਿੱਚ ਉਹਦੇ ਉਲਟ ਖੜ੍ਹਾ ਕੌਣ ਹੋਏਗਾ ਖੜ੍ਹਾ ਤਾਂ ਹੋਏਗਾ ਜੇਕਰ ਇੱਕ ਫਿਲੋਸਫੀਕਲੀ ਇੱਕ ਕੋਈ ਐਸਾ ਪੈਰਾਡਾਈਮ ਸਿਰਜਿਆ ਜਾਂਦਾ ਜਿਹੜਾ ਉਹਦਾ ਮੁਕਾਬਲੇ 'ਤੇ ਖੜ੍ਹਾ ਹੋਵੇ ਪਹਿਲਾਂ ਫਿਲੋਸਫੀ ਉਹ ਤੋਂ ਬਾਅਦ ਬਾਕੀ ਦੀ ਜਿਹੜੀ ਜੀਵਨ ਜਾਂਚ ਉਹਦੇ ਨਾਲ ਉਹਦੇ ਉਸ ਪ੍ਰਕਿਰਿਆ ਦੇ ਨਾਲ ਤੁਰਦੀ ਹੈ ਕੁਦਰਤ ਦੇ ਨਾਲ ਟੱਕਰ ਲੈ ਕੇ ਸਭ ਚੀਜ਼ਾਂ ਇਨਸਾਨ ਦੀ ਆਪਣੀ ਦਸਾਂ ਪੀੜ੍ਹੀਆਂ ਲਈ ਸਿਰਜ ਲੈਣ ਦਾ ਜਿਹੜਾ ਇੱਕ ਧਾਰਾ ਜਿਹੜੀ ਅੱਜ ਚੱਲ ਰਹੀ ਹੈ ਉਹ ਸਭ ਤੋਂ ਬੜਾ ਚੈਲੰਜ ਹੈ ਦੁਨੀਆ ਦੇ ਸਾਹਮਣੇ ਅਤੇ ਪੰਥ ਦੇ ਸਾਹਮਣੇ ਉਹੀ ਸਭ ਤੋਂ ਬੜਾ ਚੈਲੰਜ ਹੋਣਾ ਚਾਹੀਦਾ ਜਿਹੜਾ ਇਨਸਾਨੀਅਤ ਦੇ ਸਾਹਮਣੇ ਹੈ ਜਿਹੜਾ ਕੁਦਰਤ ਦੇ ਸਾਹਮਣੇ ਹੈ ਤਾਂ ਅਸੀਂ ਕਿਉਂ ਨਹੀਂ ਉਸ ਸਾਰੇ ਮਾਮਲੇ ਦੇ ਇੱਕ ਪੈਰਾਡਾਈਮ ਉਸ ਲੈਵਲ 'ਤੇ ਲੈਂਦੇ ਕਿ ਸਾਡੇ ਕੋਲ ਇੱਕ ਮਾਡਲ ਹੈ ਦੁਨੀਆ ਦਾ ਨਾ ਕੇਵਲ ਦੇਸ਼ ਦਾ ਨਾ ਕੇਵਲ ਇਸ ਇਲਾਕੇ ਦਾ ਉਹ ਮਾਡਲ ਹੈ ਓਵਰਆਲ ਕਿ ਜਿੰਨੀ ਵੀ ਇਕਨੋਮਿਕ ਡਿਵੈਲਪਮੈਂਟ ਹੋਵੇ ਜਿੰਨੀ ਮਟੀਰੀਅਲ ਡਿਵੈਲਪਮੈਂਟ ਹੋਵੇ ਜਿੰਨੀਆਂ ਵੀ ਬਾਕੀ ਚੀਜ਼ਾਂ ਹੋਣ ਇਹ ਜਿਹੜਾ ਪ੍ਰਚਲਿਤ ਮਾਡਲ ਹੈ ਇਹਦੇ ਮੁਕਾਬਲੇ ਉਹ ਕੁਦਰਤ ਨਾਲ ਇਕਸੁਰਤਾ ਦੇ ਮਾਡਲ 'ਚ ਵਿਚਰਦਾ ਹੈ ਇਸੇ ਕਰਕੇ ਜਿਹੜਾ ਉਸ ਮਾਡਲ ਦੇ ਅੰਦਰ ਬੰਦਾ ਵਿਚਰੂਗਾ ਕੁਦਰਤ ਨਾਲ ਇਕਸੁਰਤਾ ਦੇ ਮਾਮਲੇ ਦੇ ਵਿੱਚ ਤਾਂ ਉਹ ਬੰਦਾ ਵੀ ਉਹੋ ਜਿਹਾ ਬੰਦਾ ਨਹੀਂ ਹੋਏਗਾ ਜਿਹੋ ਜਿਹਾ ਅੱਜ ਹੈ ਕਿਉਂਕਿ ਮੌਜੂਦਾ ਮਾਡਲ ਇਸ ਲੈਵਲ ਦਾ ਮਹਿੰਗਾ ਅਤੇ ਬਾਕੀ ਹੈ ਜਿੰਨਾ ਮਰਜ਼ੀ ਸਿਖਾ ਲਓ ਇੰਜੀਨੀਅਰ ਬਣਾ ਲਓ IAS ਬਣਾ ਲਓ ਆਰਟੀਫਿਸ਼ਲ ਇੰਟੈਲੀਜੈਂਸ ਦਾ ਦੌਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋਬਲੈਸ ਡਿਵੈਲਪਮੈਂਟ ਦਾ ਮਾਡਲ ਹੈ
ਮਿਲੇਗੀ ਮਿਲੇਗੀ ਨਹੀਂ ਜੋਬ ਕਿਤੇ ਦੁਨੀਆ ਦੇ ਵਿੱਚ। ਅਤੇ ਇਹ ਪੈਸੇ ਤੋਂ ਪੈਸਾ ਬਣਾਉਣ ਵਾਲਾ ਮਾਡਲ ਹੈ ਜਿਹੜਾ ਗੁਰਬਾਣੀ ਦੇ ਬੁਨਿਆਦੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸਿਧਾਂਤ ਦੇ ਖਿਲਾਫ ਹੈ। ਕਿਰਤੀ ਬਚੂਗਾ ਹੀ ਨਹੀਂ, ਕਿਰਤੀ ਤਾਂ ਹੈ ਜੇ ਕੰਮ ਮਿਲਦਾ, ਜੇ ਕੰਮ ਹੀ ਨਹੀਂ ਰਹੂਗਾ ਕੁਝ ਆਲੇ ਦੁਆਲੇ ਹੋਊਗਾ ਨਹੀਂ। ਜੇ ਇਸ ਲਈ ਉਹਨਾਂ ਗੱਲਾਂ ਨਾਲ ਵੀ ਦੋ ਚਾਰ ਹੋਣਾ ਪਏਗਾ ਕਿ ਟੈਕਨੋਲੋਜੀ ਕਿਹੜੇ ਫੀਲਡ 'ਚ ਕਿੱਥੇ ਤੱਕ ਕਿਸ ਲੈਵਲ 'ਤੇ ਚਾਹੀਦੀ ਹੈ, ਕੀ ਉਹ ਮਨੁੱਖਤਾ ਦੇ ਲਈ ਕਿਸੇ ਟੈਕਨੋਲੋਜੀ ਦੀ ਜ਼ਰੂਰਤ ਹੈ, ਜੇ ਜ਼ਰੂਰਤ ਹੈ ਤਾਂ ਕਿੱਥੋਂ ਤੱਕ ਹੈ, ਜਾਂ ਅੰਨੇ ਵਾਹ ਜੋ ਵੀ ਚੀਜ਼ਾਂ ਕਰਦੇ ਨੇ ਉਹੀ ਚੀਜ਼ਾਂ ਚੱਲਣ ਦਿਓ ਉਸੇ ਤਰੀਕੇ ਦੇ ਨਾਲ। ਇੱਕ ਤਾਂ ਇਹ ਮੈਨੂੰ ਲੱਗਦਾ ਕਿ ਬਹੁਤ ਬੜਾ ਸਵਾਲ ਜਿਹੜਾ ਅਸਲ 'ਚ ਫਿਲੋਸਫੀਕਲ ਸਵਾਲ ਹੈ, ਸਭ ਤੋਂ ਬੜਾ ਸਵਾਲ ਜਿਹਦੇ 'ਤੇ ਚਰਚਾ ਸਰੋਕਾਰਾਂ ਦੇ ਤੌਰ 'ਤੇ ਕਰਨ ਦਾ ਕੁਐਸਚਨ ਹੈ ਕਿ ਇਹ ਦੂਜੀ ਗੱਲ ਇਹ ਹੈ ਕਿ ਐਟ ਪ੍ਰੈਜੈਂਟ ਕਿਸੇ ਸਮੇਂ ਦੇ ਮੁਤਾਬਕ ਕਿਹੜੀ ਬੁਨਿਆਦੀ ਚੀਜ਼ ਹੈ ਜਿੱਥੇ ਇੱਕ ਮਨ ਬਣਾ ਕੇ ਜਥੇਬੱਧ ਹੋ ਕੇ ਲੜਨ ਦੀ ਲੋੜ ਹੁੰਦੀ ਹੈ। ਅੱਜ ਜੇਕਰ ਦੁਨੀਆ ਦੇ ਵਿੱਚ ਜਾਂ ਇਸ ਦੇਸ਼ ਦੇ ਵਿੱਚ ਗੱਲ ਕਰੀਏ, ਅੱਜ ਜਿਹੜਾ ਹਿੰਦੂਤਵ ਦਾ ਏਜੰਡਾ ਇਸ ਕੰਟਰੀ ਦੇ ਵਿੱਚ ਉਹ ਨੰਬਰ 1 ਚੈਲੇਂਜ ਹੈ ਦੇਸ਼ ਦੇ ਵਿੱਚ ਸਾਰਿਆਂ ਨੂੰ, ਸਾਰੀਆਂ ਮਿਨੋਰਟੀਜ਼ ਨੂੰ ਸਮੇਤ, ਸਿੱਖ ਸਮੇਤ, ਮੁਸਲਿਮ ਸਮੇਤ, ਈਸਾਈ ਸਮੇਤ, ਜਿਹੜੇ ਮਰਜ਼ੀ ਨੇ। ਜੇ ਸਾਡਾ ਉਹ ਏਜੰਡਾ ਡਾਇਵਰਟ ਹੁੰਦਾ ਕਿਸੇ ਹੋਰ ਮਾਮਲੇ ਦੇ ਵਿੱਚ, ਔਰ ਮੈਨੂੰ ਨਹੀਂ ਲੱਗਿਆ ਕਿਸੇ ਸੱਜਣ ਨੇ ਹਿੰਦੂਤਵ ਦੇ ਉਸ ਏਜੰਡੇ ਨੂੰ ਚੈਲੇਂਜ ਕੀਤਾ, ਔਰ ਜਿਹਨੂੰ ਚੈਲੇਂਜ ਸਾਡੇ ਉਹ ਭਾਈ ਸਾਹਿਬ ਤਾਮਿਲਨਾਡੂ ਵਾਲੇ ਜਿਹੜੇ ਦਰਾਬੜੀਅਨ ਪੋਲੀਟਿਕਸ ਪ੍ਰਿਆਰ ਤੋਂ ਲੈ ਕੇ ਕਰਕੇ ਗਏ ਨੇ। ਇਹ ਕੰਟਰੀ ਦਾ ਕੁਐਸਚਨ ਹੈ ਸਭ ਤੋਂ ਜ਼ਿਆਦਾ। ਜਦੋਂ ਹਿੰਦੂਤਵ ਦਾ ਉਹ ਏਜੰਡਾ ਆ ਕੇ ਕਿਸੇ ਦੂਜੀ ਪਛਾਣ ਵਾਲੇ ਨੂੰ, ਕਿਸੇ ਦੂਜੀ ਬੋਲੀ ਵਾਲੇ ਨੂੰ, ਕਿਸੇ ਦੂਜੇ ਪਹਿਰਾਵੇ ਵਾਲੇ ਨੂੰ ਝੱਲਣ ਲਈ ਤਿਆਰ ਨਹੀਂ ਹੈ, ਅਤੇ ਕੁਦਰਤ ਦੇ ਪਸਾਰੇ ਦੇ ਵਿੱਚ ਗੁਰਬਾਣੀ ਦਾ ਸਿਧਾਂਤ ਕੀ ਅਸੀਂ ਲਾਗੂ ਕਰ ਰਹੇ ਹਾਂ ਜੇ ਉਹਨੂੰ ਚੈਲੇਂਜ ਨਹੀਂ ਕਰ ਰਹੇ, ਉਹਦੇ 'ਤੇ ਖੜ ਕੇ ਦੁਨੀਆ ਨੂੰ ਇਕੱਠੇ ਨਹੀਂ ਕਰ ਰਹੇ, ਉੱਥੇ ਖੜ ਕੇ ਇੱਕ ਪੋਲੀਟੀਕਲ ਚੈਲੰਜ ਨਹੀਂ ਖੜਾ ਕ੍ਰੀਏਟ ਕਰ ਰਹੇ, ਖੜਾ ਕਰਕੇ ਅਤੇ ਸੱਭਿਆਚਾਰਕ ਤੌਰ 'ਤੇ, ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ ਇੱਕ ਚੈਲੰਜ ਨਹੀਂ ਖੜਾ ਕਰ ਰਹੇ। ਕਾਸਟ ਵੀ ਕਿੱਥੋਂ ਨਿਕਲਦੀ ਹੈ? ਉਸੇ ਮਾਡਲ 'ਚੋਂ। ਕਿਸੇ ਮਿਨੋਰਟੀ ਨੂੰ ਦੱਬ ਦਿਉ, ਬਲਡੋਜ਼ਰ ਕਲਚਰ ਚੱਲ ਰਿਹਾ ਸਾਰੇ ਸਟੇਟਾਂ ਦੇ ਵਿੱਚ, ਕਿੱਥੋਂ ਨਿਕਲਦੀ ਹੈ? ਉਸੇ ਮਾਡਲ 'ਚੋਂ, ਸਭ ਕੁਝ ਉਸੇ 'ਚ ਆ ਰਿਹਾ ਨਾ। ਅਤੇ ਜੇ ਸਭ ਕੁਝ ਉਹਦੇ 'ਚ ਆ ਰਿਹਾ ਤਾਂ ਜਿਹੜਾ ਸਿੱਖ ਅਗਵਾਈ ਕਰਤਾ ਹੈ ਉਹ ਕਿਉਂ ਉੱਥੇ ਨਜ਼ਰ ਨਹੀਂ ਆਉਂਦਾ? ਸਾਡੇ ਕੋਲ ਉਹ ਲੀਡਰਸ਼ਿਪ ਨਹੀਂ ਹੈ ਜਿਹੜੀ ਹਾਂ ਦਾ ਨਾਰਾ ਵੀ ਉੱਥੇ ਖੜ ਕੇ ਮਾਰੇ ਅਤੇ ਉਹਨੂੰ ਚੈਲੇਂਜ ਕਰਕੇ ਕਹੇ ਕਿ ਅਸੀਂ ਇਸ ਕੰਟਰੀ ਦੇ ਵਿੱਚ ਤੇਰੇ ਖਿਲਾਫ ਚੈਲੇਂਜ ਕਰਕੇ ਲੜ ਰਹੇ ਹਾਂ, ਫਿਲੋਸਫੀਕਲੀ ਵੀ ਔਰ ਪ੍ਰੈਕਟੀਕਲੀ ਵੀ ਦੋਨੋਂ ਮਾਮਲਿਆਂ ਦੇ ਵਿੱਚ। ਔਰ ਇਸੇ ਕਰਕੇ ਇਹ ਹੈ ਅਤੇ ਇਹਦੇ ਨਾਲ ਅੱਜ ਕੱਲ੍ਹ ਤੁਸੀਂ ਦੇਖੋ ਟਰੂਡੋ ਦਾ ਮਾਮਲਾ, ਟਰੂਡੋ ਨੇ ਕਿਹਾ ਕਿ ਇੱਕ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ, ਇਹਨੂੰ ਨਾਟੋ ਕੰਟਰੀਜ਼ ਲੈ ਰਹੇ ਨੇ ਆਪਣੇ ਆਪ ਐਜ਼ ਏ ਸੋਵਰਨ ਕੰਟਰੀ ਉੱਤੇ ਹਮਲੇ ਦੇ ਤੌਰ 'ਤੇ, ਉੱਤੇ 5 ਆਈਜ਼ ਦੇ ਨਾਲ ਚੱਲਦਾ ਮਾਮਲਾ। ਔਰ ਸਾਡੀ ਸਰਕਾਰ ਨੇ ਕੀ ਕੀਤਾ? ਉਹ ਕਹਿੰਦੇ ਕੈਨੇਡੀਅਨ ਵੀਜ਼ਾ ਬੰਦ ਕਰ ਦਿਉ, ਅਸੀਂ ਨਹੀਂ ਦੇ ਸਕਦੇ ਕਿਉਂਕਿ ਸਾਡਾ ਤਾਂ ਉੱਥੇ ਸੁਰੱਖਿਆ ਨਹੀਂ ਹੈ ਜੀ, ਸਾਡੀ ਅੰਬੈਸੀ ਦੇ ਵਿੱਚ ਬੰਦੇ ਉੱਥੇ ਹੀ ਬੈਠੇ ਨੇ, ਕਿਉਂ ਸੁਰੱਖਿਆ ਨਹੀਂ? ਕੋਈ ਧਿਰ, ਕੋਈ ਪੋਲੀਟਿਕਸ ਪੋਲੀਟੀਕਲ ਧਿਰ, ਕੋਈ ਸਮਾਜਿਕ ਧਿਰ, ਕੋਈ ਇੱਥੇ ਹੋ ਹੱਲਾ ਕਿੱਥੇ ਹੈ? ਲੋਕਾਂ ਦੀਆਂ ਡੈੱਡ ਬਾਡੀਆਂ ਪਈਆਂ ਨੇ, ਟਿਕਟਾਂ ਲੈ ਚੁੱਕੇ ਨੇ, ਲੋਕਾਂ ਦੇ ਵਿਆਹ ਧਰੇ ਧਰਾਏ ਕੈਂਸਲ ਹੋ ਰਹੇ ਨੇ, ਸਭ ਕੁਝ ਹੋ ਰਿਹਾ। ਅਸੀਂ ਨਰਿੰਦਰ ਮੋਦੀ ਦੀ ਅੱਖ 'ਚ ਅੱਖ ਪਾ ਕੇ ਕਹਿਣ ਲਈ ਤਿਆਰ ਨਹੀਂ ਹੈ ਕਿ ਫੈਸਲਾ ਕਿਵੇਂ ਲਿਆ, ਕਿੱਥੋਂ ਲਿਆ, ਕਿਉਂ ਲਿਆ। ਇਹਦੇ ਨਾਲ ਇਹ ਹੋ ਜੂਗਾ ਕਿ ਕੇਵਲ ਇਸ ਗੱਲ ਦੇ ਵਾਸਤੇ ਕਿ ਜੀ ਹਾਂਜੀ ਠੀਕ ਹੈ ਜੀ ਤੁਸੀਂ ਫੈਸਲਾ ਲੈ ਲਿਆ, ਅਸੀਂ ਜੇ ਇਹ ਗੱਲ ਕਹਾਂਗੇ ਕਿਤੇ ਦੇਸ਼ ਧਰੋਹੀ ਨਾ ਵੱਜੀਏ। ਪੰਜਾਬ ਦੀ ਸਰਕਾਰ ਨੇ ਅੱਜ ਤੱਕ ਜ਼ੁਬਾਨ ਨਹੀਂ ਖੋਲ੍ਹੀ, ਚੀਫ ਮਿਨਿਸਟਰ ਨੇ ਅਤੇ ਕਿਸੇ ਇੱਕ ਬੰਦੇ ਨੇ ਵੀ। ਕਿੰਨਾ ਕੁ ਦਬਾਅ ਜੀ ਸਾਡਾ, ਅਸੀਂ ਇੱਥੇ ਬੈਠ ਕੇ ਸਾਰੇ ਜਿਹੜੇ ਜਾਂਦੇ ਆ ਪੰਜਾਬ ਦੇ ਚੀਫ ਮਿਨਿਸਟਰ ਜਾਂ ਪੰਜਾਬ ਦੀ ਸਰਕਾਰ ਉਵੇਂ ਚੱਲ ਰਹੀ ਹੈ, ਕੋਈ ਚੈਲੇਂਜ ਨਹੀਂ, ਉਹਨੂੰ ਕੋਈ ਜਵਾਬਦੇਹੀ ਨਹੀਂ ਹੈ। ਤਾਂ ਲੜਾਈ ਤਾਂ ਮੈਦਾਨੇ ਜੰਗ 'ਚ ਲੜਨੀ ਪਏਗੀ, ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਆਵਾਜ਼ ਉਠਾਉਣੀ ਪਏਗੀ। ਕਿਉਂ ਹਜ਼ਾਰਾਂ ਦਾ ਇਕੱਠ ਹੋ ਕੇ ਚੀਫ ਮਿਨਿਸਟਰ ਨੂੰ ਮਜਬੂਰ ਨਹੀਂ ਕਰਦਾ ਜਾਂ ਵੱਖ ਵੱਖ ਥਾਵਾਂ 'ਤੇ ਜਾ ਕੇ ਵੀ ਤੁਸੀਂ ਐਂ ਮੂਕ ਦਰਸ਼ਕ ਬਣੋਗੇ? ਵੈਸੇ ਅਸੀਂ ਕਹਿੰਦੇ ਪੰਜਾਬ ਬਚਾਉਣਾ, ਪੰਜਾਬ ਸਾਡਾ ਪੇਕਾ ਘਰ ਹੈ NRI ਦਾ ਵੀ, ਜੇ ਪੇਕੇ ਘਰ ਦੀ ਜ਼ੁਬਾਨ ਹੀ ਬੰਦ ਹੋ ਜਾਏ ਤਾਂ ਬਾਕੀ ਜਾ ਕੇ ਕੌਣ ਸੁਣੂਗਾ ਕਿਸੇ ਦਾ ਦਰਦ ਬਾਕੀ ਮਾਮਲਿਆਂ ਦੇ ਵਿੱਚ ਸਾਰੇ? ਇਸ ਲਈ ਟੋਟਲ ਇੰਟਲੈਕਚੁਅਲ ਪੋਲੀਟਿਕਸ ਅਤੇ ਬਾਕੀ ਸਾਰੇ ਮਾਮਲਿਆਂ ਦੇ ਵਿੱਚ ਜਿਹੜੀ ਰੀਅਲ ਕਿਰਦਾਰ ਦਿਖਾਈ ਕਿੱਥੋਂ ਦੇਣਾ? ਕਿਰਦਾਰ ਸਾਡੇ ਐਕਸ਼ਨ 'ਚੋਂ ਦਿਖਾਈ ਦੇਣਾ, ਕਿਰਦਾਰ ਸਾਡੇ ਬੌਧਿਕ ਲੈਵਲ 'ਚੋਂ ਦਿਖਾਈ ਦੇਣਾ। ਸਾਨੂੰ ਨੀਂਦ ਕਿਵੇਂ ਆਉਂਦੀ ਹੈ ਸਾਰੇ ਮਾਮਲੇ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਆਲੇ ਦੁਆਲੇ ਅਤੇ ਸਾਡੀ ਸਿਹਤ 'ਤੇ ਕੋਈ ਅਸਰ ਨਾ ਹੋਵੇ ਤਾਂ ਗੁਰਬਾਣੀ ਤਾਂ ਨਹੀਂ, ਘੱਟੋ ਘੱਟ ਅਸੀਂ ਗੁਰਬਾਣੀ ਦੇ ਉਪਾਸਕ ਅਤੇ ਪੈਰੋਕਾਰ ਨਹੀਂ ਹਾਂ, ਹੋਰ ਕੁਝ ਵੀ ਹੋ ਸਕਦੇ ਆ, ਆਲੇ ਦੁਆਲੇ ਜੋ ਮਰਜ਼ੀ ਚੀਜ਼ਾਂ ਹੋ ਸਕਦੀਆਂ ਨੇ। ਇਸ ਕਰਕੇ ਅੱਜ ਵੀ ਇਹ ਚੈਲੇਂਜ ਹੈ, ਅਗਲੇ ਇੱਕ ਹਫ਼ਤੇ ਦੇ ਅੰਦਰ ਅੰਦਰ ਜੇ ਅਸੀਂ ਸਰਕਾਰ ਤੋਂ ਆਪਣੀ ਨੂੰ ਨਹੀਂ ਬਣਵਾ ਸਕਦੇ, ਕੋਈ ਡੈਲੀਗੇਸ਼ਨ ਲੈ ਕੇ ਚੀਫ ਮਿਨਿਸਟਰ ਕੋਲ ਜਾਣ, 20 MP ਨੇ ਅਤੇ 20 MP ਪ੍ਰਾਈਮ ਮਿਨਿਸਟਰ ਕੋਲ ਜਾਣ
कि वीजा साढ़े अपने बंद वीजा ना देने दे पिछे कि मिलीटेंसी खत्म हो जूगी कि हो जाएगा ये तंग तो परेशान करने वाला एक नैरेटिव है। परसों नरेंद्र मोदी बोले ने जोधपुर के बिच कि मैं तो नर्मदा का पानी देता जी एक सकेंट च, ते कुछ स्टेटा टकराव पैदा करना चाहुंदियां ने, कुछ स्टेटा एक भी बूंद नहीं देना चाहुंदियां। मतलब देश च दोबारा नैरेटिव सिरजा जा रहा है, ट्रूडो पानी ये सारा मामला इत्थे सिरजा जा रहा। जे होंद बचूगी तो बाकी चीज़ां बचणगियां। इसलिए वो होंद दे क्वेश्चन साडे सामने पैदा हो रहे हैं। उस नैरेटिव नूं चैलेंज करना जिहड़ा वड्डा कंट्री सिरजा जा रहा है, अज दा सब तो सीरीयस पंथक सरोकार है मेरे ख्याल है, और उहदी अगवाई जिहनूं सब तो ज़्यादा करन दी लोड़ है। तो वह सारे सज्जन जिहड़े इत्थे बैठे ने मेरे ख्याल उन्हां दी सब तो वड्डी जिम्मेवारी है, क्योंकि असी उस पासे वल सोचण दी गल करदे आ कि असी उस पासे वल जाणा है। और इहदे नाल ही कल्ला इत्थे पंजाब च नहीं, देश दे विच भी जिन्ने पद्धर ते लोक ऑर्गेनाइज हो सकण उस मामले दे विच उहदे खिलाफ बाकी दे। नर्मदा का की है एक नहीं बोलिया, मैं तो किसी टीवी चैनल पर बहस नहीं देखी, किसी अखबार च नहीं सुनिया प्राइम मिनिस्टर दे चैलेंज करदा। 0.5 MAF पानी दिता, वह भी पीण लई 281 पिंडां नूं, और जाली तत्थां दे आधार ते देश दा प्राइम मिनिस्टर नैरेटिव सिरजदे ते साडा इंटलैक्चुअल चुप करके बैठे, ना कुछ लिखे ना कुछ बोले तो ना कुछ गल करे, ये किहड़े सरोकार दी गल करांगे फिर असीं उत्थों। उस तो बाद इस लई लड़ाई इस धरती ते लड़नी पएगी, और वो लड़ाई की तैयारी नंबर वन एक तो क्लीयर कट ये होना चाहिए, सानू जंगी माहौल के खिलाफ। साडा हर लीडर बोलता पाकिस्तान के नाल ड्रोन आ गए, फलाना आ गया, धमका आ गया। इस धरती पर मूवमेंट नहीं हो रही कि असी दोस्ती की मूवमेंट करनी है, प्रैक्टिकल जी मैं गल कर रहा। और दूसरी गल किरत का सवाल है, किरती खुदकशी कर रहा जां ड्रग च जा रहा जां वख वख मामलों च मर रहा, तो की उहदे बारे प्रैक्टिकल प्रोग्राम है साडे कोल कि असी जाके उहनां दे घरां च दस्तक देईए, पुछिए, समझिए वो चीज़ा के की ने। तो जे किरती ने मरना, गुरु नानक साहब तो चले गए ना मनक भागो नूं छड्ड के भाई लालो दे घर, साडे तां लालो मर रहे ने, गल च फाहा पा रहे ने बड़े लंबे समय तो बाद। 1.5 साल हो गया इस सरकार च एक बंदे नूं सुसाइड विक्टम परिवार नूं एक नवा पैसा नहीं मिलिया, पॉलिसी होण दे बावजूद किसी धिर का एजेंडा नहीं है, खत्म हो गया। किरती कौन है? किरती है वो जिहड़ा 21 लाख परिवार जिहड़ा मनरेगा च 100 दिन भाड़दा पिंड च बैठा होया कि मैनूं रुजगार मिल जाए, तो उन्होंने रुजगार 39 दिन का मिलता, वह भी रौला रप्पा पा के बख बख मामलों के विच। असी किन्ने को दे सरोकारां नाल जुड़े हाँ, तो वह किरती है जिहड़ा खड़ा है उत्थे ग्राउंड ते। एक गल समझनी बहुत जरूरी है, जदों लड़ना है ना किसी इनकलाब लई तो उन्हें लड़ना है, वह छड़ के किसान बैठता उत्थे दिल्ली दी बरूहां ते 1.25 साल किसान ते मजदूर जदों भी अगली आने वाली लड़ाई भी जिहड़ी होनी है। इस करके उहदा एजेंडा साडे एजेंडे च शामिल किए बिना असी वो सरोकार नूं हल नहीं कर सकते, ना वो सरोकार नूं फॉलो कर सकते हैं। इस करके मैनूं लगता कि एक तो ये हथियारां दी दौड़ दुनिया च होवे डिस्ट्रक्टिव है, इहदे खिलाफ है जे अप्रोच दुनिया च दिन मनाए जाते हैं बख बख होंगे ने। साडे पंजाब च मैं नहीं देखा कितने बहुत ज़्यादा ये गल हो रही हो उस पद्धर की। ह्यूमन राइट्स का क्वेश्चन पूरी दुनिया का तो साडा देश का बेहद ज़्यादा है, वो सब तो बड़ा सवाल है। किरती नूं किरत दबाउण दा सवाल है, फ्रीबीजी की बजाय मुफ्त का दे के फलाना कर दो फलाना कर दो, उन्हूं डिग्निटी नाल जिउण दा रुजगार का क्वेश्चन है कि वह किवें जिउए किस तरीके दे नाल जिउए। और यही एजेंडा मैनूं तां लगता है, और जे गुरु साहब होंदे जिहड़ा उन्हां दा लाइफ देख ली आपां सारियां चीज़ां, वो सारा जीवन जाच है गुरबाणी, जीवन अपने आप च केवल भाषणबाजी जां लैक्चरबाजी नहीं है, और जीवन जाच दा ही एजेंडा सानूं कोई तय करना पएगा। उही मेरा ख्याल सब तो बड़े सरोकार ने। बहुत बहुत मेहरबानी, वाहेगुरू जी का खालसा, वाहेगुरू जी की फतह। Oh, 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 oh
ਹੈ।